ਕੱਲ੍ਹ ਮੈਨੂੰ ਬਬਲੀ ਦਾ ਫੋਨ ਆਇਆ ਤਾਂ ਬੜਾ ਚਿਰ ਮੇਰਾ ਦਿਮਾਗ ਖਾਂਦੀ ਰਹੀ। ਫਿਰ ਪਤਾ ਨਹੀਂ ਉਹਦੇ ਦਿਮਾਗ 'ਚ ਇੱਕਦਮ ਕੀ ਆ, ਮੈਨੂੰ ਕਹਿੰਦੀ ਤੋਤਾ ਚਾਹੀਦਾ। ਮੈਂ ਕਿਹਾ ਤੋਤਾ ਉਹਨੂੰ, ਹੁਣ ਮੈਂ ਕਿਉਂਕਿ ਤੋਤੋ ਤੋਂ ਕੱਢ ਕੇ ਬਚਾ ਲਿਆਵਾਂ, ਬਚਾ ਸਾਲੀ ਸਮਝ ਨਹੀਂ ਆਉਂਦਾ ਕੀ ਤੇਰੀ ਮੈਂ ਬਣਾਉਂ। ਸੌਂ ਗਿਆ ਸੀ। ਹਾਂ, ਕੀ ਗੱਲ? ਉਹ ਥੋੜ੍ਹਾ ਜਿਹਾ ਸੌਂ ਗਿਆ ਸੀ ਮੈਂ। ਕਿੱਥੇ ਤੱਕ ਸੁਣਿਆ ਫਿਰ ਤੂੰ? ਜਿੱਥੇ ਤੇਰੀ ਪੈਂਟ ਲਾ ਕੇ ਤੈਨੂੰ ਕਿੱਲੀ 'ਤੇ ਟੰਗ ਦਿੱਤਾ ਸੀਗਾ ਉਦੋਂ। ਕਿੱਲੀ 'ਤੇ ਮੈਨੂੰ ਕਦੋਂ ਟੰਗਿਆ ਸੀ? ਅੱਛਾ, ਤੇਰੀ ਪੈਂਟ ਨਹੀਂ ਲਈ, ਠੀਕ ਆ। ਵਧੀਆ, ਫਿਰ ਤਾਂ ਬਚ ਗਿਆ ਤੂੰ। ਮਤਲਬ ਤੂੰ ਕੁਛ ਨਹੀਂ ਸੁਣਿਆ? ਨਹੀਂ ਯਾਰ, ਮੈਂ ਕੁਛ ਨਹੀਂ ਸੁਣਿਆ ਯਾਰ, ਮੈਂ ਉਸ ਟਾਈਪ ਦਾ ਬੰਦਾ ਨਹੀਂ ਆ ਯਾਰ। ਤੈਨੂੰ ਕਿਉਂ ਨਹੀਂ ਸਮਝ ਆਉਂਦਾ, ਮੈਂ ਤੇਰੇ ਟਾਈਪ ਦਾ ਬੰਦਾ ਬਿਲਕੁਲ ਨਹੀਂ ਆ। ਤੂੰ ਕਿੱਦਾਂ ਦਾ? ਬਹੁਤ ਗੰਦਾ ਬੰਦਾ ਹੈ ਯਾਰ, ਤੈਨੂੰ ਕਿਉਂ ਨਹੀਂ ਸਮਝ ਆਉਂਦਾ ਯਾਰ? ਮੈਂ ਉਹ ਟੈਂਪੂ ਟਾਈਪ ਦਾ ਇੱਕ ਬੰਦਾ ਮਿੰਟ, ਇੱਕ ਨਹੀਂ ਮਿੰਟ, ਆ ਮੇਰੇ ਯਾਰ, ਦਿਮਾਗ ਤੂੰ ਵਿੱਚ ਕੁਝ ਅੱਖ ਵੜ ਲੱਗ ਗਿਆ ਗਿਆ ਲੱਗਦਾ। ਮੈਨੂੰ ਲੱਗਦਾ ਤੂੰ ਮੇਰੀ ਗੱਲ ਨਾ ਧਿਆਨ ਨਾਲ ਸੁਣੀ ਨਾ ਹੈਗੀ। ਤੂੰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਤਾਂ ਸੀ, ਚੰਗੀ ਤਰ੍ਹਾਂ ਚੰਗੀ ਤਰ੍ਹਾਂ। ਚੱਕਲਾ ਮੇਰਾ ਰੱਬਾ।